ਤੁਸੀਂ ਚੈੱਕ ਕਰਾਓ ਕਿ ਪਤਾ ਕੀ ਗੱਲ ਮੈਂ ਤਾਂ ਹੁਣ ਸਹੀ ਕਰ ਦਿੱਤਾ ਹੁਣ ਇੰਨਾ ਕੀ ਹੁੰਦਾ ਮੇਰੇ ਕੋਲ ਬਹੁਤਾ ਨਹੀਂ ਹੁੰਦਾ ਮੈਂ ਤਾਂ ਐਨ ਪਤਾ ਹੱਥ ਲਾਓ ਤੋ ਮੇਰੇ ਤਾਰ ਨੂੰ ਹੱਥ ਲਾਓ ਮੇਰੇ ਤਾਰ ਨੂੰ ਇੱਥੇ ਚੜਵੀ ਜਾਂਦਾ ਮੇਰ ਸੁੱਚ ਚੁੱਕ ਦੇ ਜਜ਼ਬਾਤੀ ਹੋ ਗਈ ਹੈ ਜਿਹੜੇ ਮੋਢਿਆਂ ਤੇ ਲੈ ਕੇ ਬੈਠੇ ਇੰਨੀ ਸਾਲੀ ਹੈ ਸਰਦੀ ਪੈਣ ਡੇ ਜੀ ਇਹ ਵੀ ਨੀ ਸੀ ਲੱਭਦਾ ਮੋਢਿਆਂ ਤਾਂ ਜ਼ਰੂਰ ਰੱਖਣਾ ਉੱਥੇ ਰਕਸ਼ਾ ਵਾਲੇ 60 ਰੁਪਏ ਤਾਂ ਬੜਾ ਸੋਹਣਾ ਪਿੱਛੇ ਰੱਖ ਦਿੰਦਾ ਹੁਣ ਤਾਂ ਭਾਈ ਬੁੱਢੀ ਹੁਣ ਤਾਂ ਬੁੱਢੀ ਨਾ ਮੰਨੇ ਉਹ ਵੀ ਕਹਿ ਦਿੰਦੇ ਆ ਜਦੋਂ ਦਾ ਇਮਰਾਨ ਖਾਨ ਆਇਆ ਉਹਨਾਂ ਦੀ ਮੰਨਣੀ ਲਈ ਤੇ ਹਰ ਗੱਲ ਮੇਰੇ ਘਰ ਜਾ ਕੇ ਪੱਖਾ ਲਾ ਕੇ ਆ ਤੁਹਾਡੇ ਘਰ ਪੱਖਾ ਲਾ ਕੇ ਆਉਣਾ ਹਾਂ ਮੋਹਤਰਮਾ ਇਤਰੋ ਵੀ ਕੋਈ ਸੌਦਾ ਲੈ ਲਓ ਇਹ ਤਾਂ ਸੌਦਾ ਲੈਣ ਵਾਲਾ ਨਹੀਂ ਹੈ ਆ ਤੁਹਾਡੀ ਆਸ ਰੱਖੀ ਹੈ ਸਪੈਸ਼ਲ ਮੀ ਇਹ ਮੱਛਰ ਤੇ ਕੰਨਾ ਸਵਾ ਦਾ ਤੁਹਾਡੀ ਕੋ ਫਿੱਟੇ ਮੂੰਹ ਤੇਰਾ ਤੁਸੀਂ ਡਰਾਮੇ ਵਾਲੀ ਹੋ ਤੁਹਾਨੂੰ ਇਹ ਕੀ ਕਹਿੰਦੇ ਤਾਂ ਹੁੰਦੇ ਚਾਹੀਦੇ ਬਾਲੇ ਕਿਸੇ ਨੇ ਕਹਿਣਾ ਮੇਰਾ ਤੱਲਾ ਪੈਸੇ ਇਹਨੇ ਕੀ ਗੱਲ ਅੰਦਰ ਛੁਰੀ ਬਣ ਜਾਣਾ ਯਾਰ ਇਹ ਪੰਖਾ ਮੈਂ ਆਪ ਤੇ ਗੱਲ ਲਗਾ ਕੇ ਅੱਛਾ ਤੇ ਮੈਂ ਲਗਾ ਕੇ ਆ ਨਾਪ ਜਿਹੜਾ ਨਾ ਉਹ ਤੁਸੀਂ ਦਿਓ ਤਾਂ ਕਿ ਨਾ ਅੱਛਾ ਮਤਲਬ ਅੱਜ ਬੱਚੀ ਬੁਲਾਈ ਤੇ ਸਾਨੂੰ ਮੂੰਹ ਹੀ ਨਹੀਂ ਲਾ ਰਹੇ ਅਸੀਂ ਖੁਸਰਾ ਮੰਗਾਈਏ ਤੇ ਪਹਿਲੀ ਵਾਰੀ ਤੈਨੂੰ ਦਿੰਦੇ ਆ ਮਤਲਬ ਇਹ ਸਾਡੀ ਇਹਨਾਂ ਦੀ ਆਪਸ ਦੇ ਵਿੱਚ ਦੇਣ ਲੈਣ ਬਣੀ ਨਹੀਂ ਜੋ ਤੂੰ ਸਮਝੀ ਉਹ ਗੱਲ ਆ ਨਹੀਂ ਕੀ ਬਕਵਾਸ ਕਰ ਰਹੇ ਕਸਟਮਰ ਆ ਮੈਂ ਉਹੀ ਆ ਜਿਹਨੂੰ ਗੱਲ ਕਰਕੇ ਆਇਆ ਸੂਟ ਸਹੀ ਸੀ ਕਿ ਦੇ ਨਾਲ ਸੀ ਕਾਕਾ ਆਏ ਮੈਂ ਤਾਂ ਦੱਸ ਕੇ ਜਾਵਾਂ ਕੀ ਪੇਸ਼ ਕਰ ਰਿਹਾ ਹੈ ਤੂੰ ਟੇਲਰ ਮਾਸਟਰ ਨਹੀਂ ਤੂੰ ਡੀਲਰ ਮਾਸਟਰ ਹੈ ਆ ਕਮੀਨਿਆ ਵੀ ਗੈਰਤ ਬਲਕਿ ਸੀ ਗੈਰਤ ਓ ਯਾਰ ਕਸਟਮਰ ਆਓ ਗਾਕਾ ਮੇਰੀ ਓ ਗਾਕੇ ਆ ਕਪੜੇ ਮੇ ਕੋਲ ਸੁਣਾਉਂਦੀ ਆ ਤੇਰੀ ਹਰ ਫਰਮਾਇਸ਼ ਮਹਲ ਕੀਤੀ ਤੇਰੇ ਜ਼ੁਲਮ ਪਚਾਏ ਹਜੇ ਮੈਂ ਕੂੜਾ ਮਜ਼ਾ ਆ ਗਿਆ ਤੇ ਇੱਥੇ ਹੀ ਮੁਕਾ ਦੇਵਾਂ ਤੇਰੀ ਹਰ ਫਰਮਾਇਸ਼ ਮੈਂ ਹੱਲ ਕੀਤੀ ਤੇਰੇ ਜ਼ੁਲਮ ਪਚਾਏ ਹਜੇ ਮੈਂ ਕੂੜਾ ਹਰ ਜਾ ਤੇ ਤੇਰੀ ਵਾਹ ਵਾਹ ਕੀਤੀ ਤੂੰ ਗੈਰ ਹਸਾਏ ਹਜੇ ਮੈਂ ਕੂੜਾ ਜਿੱਥੋਂ ਆਖਿਆ ਯਾ ਇੱਥੋਂ ਨਹੀਂ ਹੱਲਣਾ ਨਹੀਂ ਪੈਰ ਹਟਾਏ ਹਜੇ ਮੈਂ ਕੂੜਾ ਹਲੇ ਵੀ ਸਾਡੇ ਨਾਲ ਰਿੰਝ ਫਿਰਨਾ ਹੈ ਸਾਡੇ ਆਪਣੇ ਛੁੜਾਏ ਹਜੇ ਮੈਂ ਕੂੜਾ
ਨਵੀਂ ਧਾਰ ਦੇਣੀ ਮੈਨੂੰ ਲੱਗਿਆ ਤੇਰੇ ਤੇ ਲਿਖਿਆ ਤੇਰੇ ਤੇ ਲਿਖਿਆ ਨਵੀਂ ਨਵੀਂ ਪੇਸ਼ ਕਰੇ ਜਾਂ ਨਵੀਂ ਕੋਈ ਖੋਤੀ ਸੂ ਪਈਏ ਅੱਛਾ ਤੇ ਬਿਰਾ ਉਹਦਾ ਸੂਟ ਹੀ ਨਹੀਂ ਸੀ ਰਿਹਾ ਖੋਤੀ ਸੂ ਪਈਏ ਜਿੰਨਾ ਖਾਧੀਆਂ ਗਾਜਰਾਂ ਢੇਡੂ ਨਾ ਦੇ ਵਾਹ ਵਾਹ ਤਾਂ ਕੀ ਕੁਦਰਤ ਕੀ ਕਹਿ ਰਹੇ ਇੱਕ ਸਰਾਗੀ ਹੋਰ ਸੁਣਾ ਦੇ ਇੱਕ ਸਰਾਗੀ ਸਰਾਗੀ ਸ਼ੇਰ ਇੱਕ ਹੋਰ ਸੁਣਾ ਇੱਕ ਹੋਰ ਸੁਣਾ ਦੇ ਉਸ ਇਲਾਕੇ ਦਾ ਅੱਗੇ ਮੈਂ ਤੈਨੂੰ ਫਾਰਸੀ ਚ ਸੁਣਾ ਹੈ ਦਲ ਦਿਲ ਮੇਰਾ ਇਹੋ ਆਖਦਾ ਹੈ ਇੱਕ ਵੱਖਰਾ ਜਿਹਾ ਮਕਾਨ ਹੋਵੇ ਸਾਰੇ ਹੀ ਦੁਖੀ ਆਓ ਹੈ ਕਰੋ ਦਲ ਦਿਲ ਮੇਰਾ ਇਹੋ ਆਖਦਾ ਹੈ ਇੱਕ ਵੱਖਰਾ ਜਿਹਾ ਮਕਾਨ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਤੀਜੀ ਰੱਬ ਦੀ ਜ਼ਾਤ ਮਿਹਰਬਾਨ ਹੋਵੇ ਇੱਕ ਮੰਜੀ ਹੋਵੇ ਦੋਵੇਂ ਸੌ ਜਾਈਏ ਇਹ ਮੇਰੀ ਬਗੈਰਤੀ ਨਹੀਂ ਮੇਰੀ ਗੁਰਬਤ ਹੈ ਇੱਕ ਮੰਜੀ ਹੋਵੇ ਦੋਵੇਂ ਸੌ ਜਾਈਏ ਦੋ ਪੁੱਤ ਤੇ ਇੱਕ ਜਾਨ ਹੋਵੇ ਇੱਕ ਲੜ ਪਵੇ ਦੂਜਾ ਹੱਥ ਜੋੜੇ ਜਿਹੜਾ ਮੁੱਖ ਮੋੜੇ ਬੇਈਮਾਨ ਕੌਣ ਜੀ ਕਹਿੰਦਾ ਅੱਜ ਵੀ ਸ਼ੇਰ ਹੈ ਕੌਣ ਕਹਿੰਦਾ ਸ਼ਾਇਰ ਕਹਿੰਦਾ ਕਹਿੰਦਾ ਤੂੰ ਮੇਰਾ ਕੌਣ ਕਹਿੰਦਾ ਸ਼ਾਇਰ ਤੁਸੀਂ ਬਾਈ ਜੀ ਈਜ਼ੀ ਹੋ ਜਾਓ ਅਸੀਂ ਸ਼ਾਇਰ ਕੋਲ ਸੁਣ ਲਾਂਗੇ ਅੱਜ ਵੀ ਸ਼ੇਰ ਹੈ ਕਹਿੰਦਾ ਤੂੰ ਮਿਹਨਤ ਕਰ ਸਿਲਾ ਮਿਹਨਤ ਦਾ ਮਿਹਨਤ ਜਾਣੇ ਖੁਦਾ ਜਾਣੇ ਆਹਾ ਤੂੰ ਮਿਹਨਤ ਕਰ ਸਿਲਾ ਮਿਹਨਤ ਦਾ ਮਿਹਨਤ ਜਾਣੇ ਖੁਦਾ ਜਾਣੇ ਤੂੰ ਦੀਵਾ ਆਸ ਦਾ ਬਾਲ ਕੇ ਰੱਖ ਹਵਾ ਜਾਣੇ ਖੁਦਾ ਜਾਣੇ ਪੂਰੀ ਹੋਵੇ ਜਾਂ ਨਾ ਹੋਵੇ ਪਰ ਜ਼ਾਇਆ ਨਹੀਂ ਜਾਂਦੀ ਸ਼ਾਕਿਰ ਤੂੰ ਮੰਗੀ ਰੱਖ ਦੁਆ ਦੁਆ ਜਾਣੇ ਖੁਦਾ ਜਾਣੇ ਦੁਆ ਜਾਣੇ ਖੁਦਾ ਜਾਣੇ ਬਾਹਰ ਜਾ ਤੇਰੇ ਆ ਕੇ ਨਹੀਂ ਆਣੇ ਤੇਰਾ ਆਦਮ ਨਾ ਤਲਕ ਤੇ ਆਪ ਯਹਾਂ ਪੇ ਕਿਆ ਲੈਣੀ ਥੀ ਮੈਂ ਸਾਈਜ਼ ਦੇਣੀ ਆਈ ਹੂੰ ਉਸਕੋ ਤੂੰ ਤਾਂ ਸਾਈਜ਼ ਕਿਉਂ ਨਹੀਂ ਲੈਂਦਾ ਪਿਆ ਤੂੰ ਕਿਸੇ ਖੋਤੀ ਜਿਹਾ ਟਾਈਮ ਦੇਵੇ ਤੇ ਮੈਂ ਲਵਾਂ ਜਲਦੀ ਕਰ ਸਾਈਜ਼ ਲਾਓ ਤੇ ਮੈਂ ਦੇਖ ਲਈਂ ਹਾਂ ਐਡਾ ਸੋਹਣਾ ਸਾਈਜ਼ ਹੈ ਵਿੱਚ ਤੂੰ ਹੋਵੇ ਮੈਂ ਹੋਵਾਂ ਯਾਰ ਆਹ ਵੀ ਜਿਵੇਂ ਸ਼ੇਰ ਨੂੰ ਕੁੱਤਾ ਪੈ ਗਿਆ ਵਾਹ ਉਹ ਵੀ ਜਿਵੇਂ ਉਹ ਫਿਟਾ ਮੂ ਤੂੰ ਬਗੈਰ ਛੇ ਤੋਂ ਬਾਅਦ ਨਾ 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 ਫਿਟਾ ਮੂ ਵੈੜੀ ਨਾ ਬਲਤਕਾਰ ਹੋ ਗਿਆ ਯਾਰ ਜੀ ਉਹਨਾਂ ਨੂੰ ਕੀ ਪਤਾ ਸਰਾ ਕੀ ਦਾ ਓਏ ਤੂੰ ਹੋਵੇ ਬੇ ਤੇ ਤੇਰਾ ਨਾਲ ਤਾਂ ਕੋਈ ਨਾ ਹੋਵੇ ਵੇਖਰੇ ਕਿ ਉਹ ਵਾ ਵਾ ਤੇਰੀ ਬਹਿ ਕਿ ਉਹ ਵਾ ਵਾ ਤੇਰੀ ਭੈਣ ਦੀ ਸੀਡੀ ਲਾ ਕੇ ਕਰ ਰਹੇ ਸਾਂ ਉਹਨਾਂ ਨੂੰ ਸਮਝ ਆਈ ਤਾਂ ਵਾ ਵਾ ਕੀਤੀ ਸਾਰਾ ਮੇਰੇ ਪੰਜਾਬ ਲੈਲਪੁਰ ਦੇ ਸ਼ਹਿਜ਼ਾਦੇ ਲੈੜੇ ਨੇ ਤੂੰ ਕਿਹੜਾ ਇੱਕ ਜਗ੍ਹਾ ਤੇ ਖੜੋ ਨਾ ਤੂੰ ਤਾਂ ਫਿਰਦਾ ਰਹਿਣਾ ਹੈ ਆ ਆ ਤੇਰਾ ਸ਼ੇਰ ਦਾ ਸਟਾਈਲ ਆ ਸਾਡੇ ਤੇ ਕੁੱਤਾ ਹਲਕਿਆ ਹੋਵੇ ਤੇ ਇੰਜ ਹੁੰਦਾ ਬੇ ਬੇ ਆ ਵੇ ਹਲਕਿਆ ਆ ਵੇ ਚੱਲ ਤੂੰ ਪੰਜਾਬੀ ਚ ਸੁਣਾ ਦੇ ਅੱਜ ਕੰਜਰਾ ਉਹ ਪੈਸੇ ਦਿੰਦਾ ਤੇ ਤੇਰੀ ਬੀਵੀ ਮਿਲਕ ਪੀਂਦੀ ਏ ਤੂੰ ਜਿਹੜੀ ਸਿਸਟਰ ਮੈਨੂੰ ਦੇਣੀ ਹੈ ਨਾ ਤੇਰੀ ਉਹ ਸਿਸਟਰ ਜਿਹੜੀ ਉਹ ਮੇਰਾ ਜਿਸਮ ਮੇਰੀ ਮਰਜ਼ੀ ਚ ਮੇਨ ਤਕਰੀਰ ਕਰ ਰਹੀ ਸੀ ਸਾਈ ਗੁੱਲ ਮੇਲਾ ਯਾਰ ਲੇਖ ਯਾਰ ਨਾਮ ਲੇਖ ਬਾ ਬਾ ਕਰੂਗੀ ਬੜੀ ਲੰਮੀ ਬਾਜ ਲੈਣੀ ਲਿਖ 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 ਉਹਦੇ ਕੋਲ ਕਾਪੀ ਪੈਨਸਲ ਕੋਈ ਨਹੀਂ ਵੇਖਿਆ ਚੱਲ ਠੀਕ ਆ ਬਤਾਲੀ ਬਤਾਲੀ ਲਿਖ ਬਲਕਿ ਬਾਹਰ ਰਹਿਣ ਦਿਓ ਉਂਗੇ ਲਿਖੋ ਲਿਖੋ 3 ਇੰਚ ਤੇ 1 ਸੂਤੋ ਇਹ ਉਚਾਈ ਦੀ ਨਹੀਂ ਨਹੀਂ 1 ਇੰਚ ਵਧਾ ਲਓ ਨਾਖੂਨ ਵੀ ਲਾਨੀ ਆ ਮੈਂ ਅੱਛਾ ਜੀ ਇਹ ਉਂਗਲ ਦਾ ਮੈਂ ਤਾਂ ਕਹਿੰਦਾ ਇਕੱਠਾ ਚੱਪਾ ਹੀ ਲੈ ਲੈ
ਪੇਂਡੂ ਕੁੱਡਾ ਹਰਾਮ ਦਾ ਸਾਰੀ ਕੀਮਤੀ ਜਗ੍ਹਾ ਛੱਡ ਕੇ ਉਂਗਲ ਲੈ ਕੇ ਖਲੋਤਾ ਜੋਰ ਵਿਸਾਲਿਆ ਥੱਲੇ ਸ਼ੁਰੂ ਹੋ ਯਾਰ ਉਹ ਜਾਲੀ ਵਾਲਾ ਸੂਟ ਪਾਉਂਦੀ ਹੈ ਦਸਤਾਨੇ ਉਹਨੂੰ ਪਾ ਕੇ ਦੇਣੇ ਨੇ ਓਏ ਭੈਣ ਨੂੰ ਆਪਣੀ ਮਰਜ਼ੀ ਨਾਲ ਬਾਰ ਬਾਰ ਕਿਸੇ ਨੂੰ ਦੇਣ ਵਾਲਿਆ ਬਗੈਰ ਮੈਂ ਇਹ ਕਹਿ ਰਿਹਾ ਵੀ ਆਓ ਜੀ ਮੈਂ ਤੁਹਾਨੂੰ ਸਹਿਜ ਰਿਹਾ ਇਹ ਬੜੇ ਬੱਤ ਨਹੀਂ ਲੋਂਗ ਰਿਹਾ ਮੈਂ ਹੋਰ ਇੱਕ ਦਰਜੀ ਬਣ ਦੇਣਾ ਜੇ ਤਾਂ ਬਾਤ ਲਾ ਹੋ ਸਬਜ਼ੀ ਲੈ ਲਓ ਹੈ ਲੈ ਲਓ